ਉਹਦੇ ਨਹੀਂ ਨੂੰ ਕੁਛ ਵਿਚਾਰੀ ਨਹੀਂ ਨੂੰ ਮੈਂ ਕਿਹਾ, ਰੋਂਦੀ ਨੂੰ ਛੱਡ ਕੇ ਗਈ ਹਾਂ ਤੇ ਮੇਰਾ ਬੜਾ ਦਿਲ ਨੂੰ ਕੁਛ ਹੋਇਆ ਸੀ, ਤੇ ਕਿਹਾ ਤੇ ਨਹੀਂ ਕੁਛ ਮਗਰੋਂ ਨਹੀਂ ਨਹੀਂ ਮੰਮੀ ਨੇ ਕਿਹਾ ਕੁਛ ਨਹੀਂ ਕਿਹਾ ਮੇਰੇ ਮੈਂ। ਹੁੰਦਿਆਂ ਹੀ ਫਿਰ ਕਰਦੀ ਆ ਮੰਮੀ ਤੇਰੀ ਵੀ ਬੜਾ ਕਰਦੀ ਆ ਨਾ, ਫਿਰ ਮੈਨੂੰ ਦੁਖੀ ਕਰਦੀ ਆ। ਨਹੀਂ ਦੁਖੀ ਤਾਂ ਨਹੀਂ ਕਰਦੀ, ਉਹ ਕਿਸੇ ਵੇਲੇ ਹੋ ਜਾਂਦਾ ਗੁੱਸੇ ਚ, ਕੋਈ ਗੱਲ ਨੀ ਮਾਸੀ ਤੁਸੀਂ ਦਿਲ ਤੇ ਨਾ ਲਾਇਆ ਕਰੋ। ਕੀ ਕਰਾਂ ਧੀ, ਹੁਣ ਇਹ ਫਿਰ ਸੁਣ ਕੇ ਨਹੀਂ ਨਾ ਰਿਹਾ ਜਾਂਦਾ। ਉਹ ਦੀਦੀ ਕੋ ਗਏ ਆ, ਅੱਛਾ ਵੈਸੇ ਮੈਂ ਜਾਣਾ ਸੀਗਾ, ਅੱਛਾ ਦੀਦੀ ਠੀਕ ਨਾ ਇਨਫੈਕਸ਼ਨ ਅੱਛਾ ਹੋਈ ਇਹਨਾਂ ਦੇ, ਤੇ ਅੱਛਾ ਮੈਂ ਕਹਿਣ ਦੀ ਚਲ ਮੈਂ ਚਲ ਜਾਂਦੀ ਆ, ਤੇ ਦੀਦੀ ਕਹਿੰਦੀ ਮੈਂ ਜਾਂਦੀ ਆ ਤੁਸੀਂ ਅੱਛਾ ਰਹੋ ਘਰ ਸਾਰੇ। ਅੱਛਾ ਮੈਂ ਕਿਹਾ ਚਲ ਕੋਈ ਗੱਲ ਨੀ, ਠੀਕ ਫਿਰ ਦੀਦੀ ਚਲ ਗਈ ਤਾਂ ਕਰਕੇ। ਅੱਛਾ ਉਹਨਾਂ ਦੇ ਫੋਨ ਅੱਛਾ ਚ ਪੈਸੇ ਨਹੀਂ ਨਾ ਤਾਂ ਨਹੀਂ ਦੱਸਿਆ ਨਾ ਤੁਹਾਨੂੰ। ਹਾਂ ਤੇ ਚਾਚਾ ਸ਼ੁਦੈਨ ਜੀ ਫੋਨ ਲਾ ਕੇ ਮੈਨੂੰ ਦੱਸੇ ਤਾਂ ਸਹੀ, ਤੇ ਨਹੀਂ ਮੈਂ ਕੋਈ ਕਿੱਥੋਂ ਹਿਸਾਬ ਨਾਲ ਮੈਂ ਆਈ ਆ, ਨਾ ਕੇ ਬੱਸ ਮਿਲਦੀ ਚਾਚੇ ਨਾਲ, ਗਰਮੀ ਨਹੀਂ ਲੱਗਣ ਡਈ। ਤੁਸੀਂ ਸਾਡੇ ਫੋਨ ਤੇ ਫੋਨ ਕਰ ਲੈਣਾ ਇਹਨਾਂ ਘਰ ਉਹ ਵਾਲੇ ਤੇ ਮੇਰੇ ਦੇ। ਕੋਲ ਨਹੀਂ ਲੱਗਦਾ, ਨਹੀਂ ਨਾ ਮੇਰੇ ਕੋਲ ਫੋਨ, ਇੱਕ ਨੰਬਰ ਉਹਦਾ ਮੇਰੇ ਕੋਲ ਇੱਕੋ ਹੀ ਨੰਬਰ ਸੀ, ਤੇ ਉਹਦੇ ਤੇ ਫੋਨ ਨਹੀਂ ਹੀ ਲੱਗਣ ਡਿਆ, ਤੇ ਮੈਂ ਕਿੱਥੋਂ ਸ਼ਹਿਰੋਂ ਤੁਰ ਕੇ ਆਈ ਆ, ਹੁਣ ਤੁਰ ਕੇ ਹੀ ਮੈਂ ਜਾਊਂਗੀ ਨਾ। ਕੋਈ ਨਹੀਂ ਤੁਹਾਨੂੰ ਛੱਡ ਆਵਾਂਗੇ, ਇਹੋ ਮੈਨੂੰ ਪਤਾ ਹੁੰਦਾ, ਮੈਨੂੰ ਪੁੱਤ ਉਦਣ ਵੀ ਨਹੀਂ ਛੱਡ ਕੇ ਆਇਆ ਮੁੰਡਾ। ਕੋਈ ਨਹੀਂ ਅੱਜ ਹੈ, ਛੱਡ ਉਦਣ ਵੀ ਮੈਂ ਤੁਰ ਕੇ ਗਈ, ਤੈਨੂੰ ਪਤਾ ਤੁਰਿਆ ਕਿਹੜਾ ਜਾਂਦਾ, ਠੀਕ ਮੈਂ ਰਹਿੰਦੀ ਨਹੀਂ। ਹਾਂਜੀ ਮਾਸੀ, ਆ ਸ਼ੂਗਰ ਮੈਨੂੰ ਹੈਗੀ ਆ, ਤੇ ਮੈਂ ਕੀ ਕਰਾਂ ਫਿਰ, ਧੀ ਦਾ ਸੁਣ ਕੇ ਮੇਰੇ ਕੋਲ ਰਿਹਾ ਨਹੀਂ ਜਾਂਦਾ। ਕੋਈ ਨਹੀਂ ਮਾਸੀ ਜੀ, ਟੈਨਸ਼ਨ ਨਾ ਲਿਆ ਕਰ, ਤੇ ਦੀਦੀ ਠੀਕ ਆ, ਖਿਆਲ ਰੱਖਿਆ ਕਿਆ ਕਰ ਮੇਰੀ ਧੀ ਦਾ, ਚੰਗਾ ਖਿਆਲ ਹਾਂਜੀ ਰਾਣੀ, ਰੱਖਦੀ ਹੁੰਦੀ ਭੈਣਾ ਬਣ ਕੇ ਰਿਹਾ ਕਰੋ, ਹਾਂਜੀ ਹਾਂਜੀ ਤੁਸੀਂ ਰਲ ਮਿਲ ਕੇ ਰਿਹਾ ਕਰੋ, ਠੀਕ ਜੀ। ਕੋਈ ਨੀ ਆਉਂਦੀ ਦੀ, ਤੇ ਫਿਰ ਆਪਾਂ ਆਵਾਂਗੇ ਸਾਰੇ ਜਣੇ ਇਕੱਠੇ ਹੋ ਠੀਕ ਕੇ। ਆ ਹੁਣ ਆਇਓ, ਹੁਣ ਠੀਕ ਨਾ ਰੱਖੜੀ ਆਉਣ ਡਈ ਆ, ਤੇ ਆਇਓ ਸਾਰੇ ਆਇਓ ਹਾਂਜੀ ਠੀਕ ਪਰਿਵਾਰ, ਠੀਕ ਜੀ। ਪਾਣੀ ਪੀਣਾ ਜੀ ਬਸ ਜੀ, ਪਾਣੀ ਮੈਂ ਪੀ ਲਿਆ ਪੁੱਤ, ਹਾਂਜੀ ਪੀ ਲਿਆ। ਹੁਣ ਕੋਈ ਨੀ ਮੰਮੀ ਫੋਨ ਲਾ ਕੇ ਦਿੱਤਾ, ਕੋਈ ਨੀ ਕਰਾ ਦਿੰਦੇ ਦੀਦੀ ਨਾਲ ਗੱਲ ਤੁਹਾਡੀ। ਹੈਲੋ ਭੈਣ ਜੀ, ਤੁਸੀਂ ਬਾਹਰ ਚਲ ਗਏ ਸੀ ਨਾ, ਹੈਲੋ ਹੁਣ ਆਪਣੇ ਫੋਨ ਤੋਂ ਲਾ ਤਾ, ਹੈਲੋ ਕਰ ਲਓ ਕਰ। ਹੈਲੋ, ਹਾਂ ਕਮਲ ਕੀ ਹਾਲ ਆ, ਠੀਕ ਠਾਕ ਆ, ਆ ਤੇ ਪੁੱਤ ਦੱਸ ਕੇ ਜਾਈਦਾ ਹੁੰਦਾ ਨਾ, ਦੀਦੀ ਕੋ ਵੀ ਗਈ ਤੇ ਦੱਸਦੀ ਦਾ ਹੋਈਦਾ ਨਾ, ਮੈਨੂੰ ਟੈਨਸ਼ਨ ਲੱਗੀ ਸੀ, ਮੈਨੂੰ ਤੇ ਚਾਚੀ ਤੇਰੀ ਦਾ ਫੋਨ ਗਿਆ ਤੇ ਉਹਨੇ ਦੱਸਿਆ ਵੀ ਕੁੜੀ ਕਿੰਨੇ ਦਿਨ ਹੋ ਗਏ, 2-3 ਦਿਨ ਲੱਭਣ ਨਹੀਂ ਡਈ ਆ, ਘਰ ਨਹੀਂ ਮੈਨੂੰ ਦੀ ਕਿਤੇ, ਤੇ ਮੈਂ ਤੇ ਫਿਕਰ ਦੇ ਉਹਨਾਂ ਦਿਨ ਮੇਰਾ ਤੁਰ ਕੇ ਆਉਂਦੀ, ਠੀਕ ਮੈਂ ਰਹਿੰਦੀ ਨਹੀਂ ਆ। ਹਾਂਜੀ, ਤੇ ਦਾਦੀ ਦਾ ਫੋਨ ਕਰਦੀ ਦਾ ਹੁੰਦਾ ਨਾ ਪੁੱਤ, ਓਦਾਂ ਤੂੰ ਠੀਕ ਆ ਨਾ, ਤੈਨੂੰ ਕਹਿੰਦੀ ਤੇ ਨਹੀਂ ਨਾ ਸੱਸ ਕੁਛ। ਅੱਛਾ, ਚੱਲ ਮੇਰਾ ਪੁੱਤ ਫੋਨ ਫਾਨ ਕਰ ਦਿਆ ਕਰਨਾ, ਫਿਰ ਟੈਨਸ਼ਨ ਨਹੀਂ ਹੁੰਦੀ, ਹੁਣ ਕਿੱਥੋਂ ਮੈਂ ਧੁੱਪੇ ਆਈ ਆ ਸਰਦੀ, ਵੀ ਮੈਂ ਪਤਾ ਨਹੀਂ ਕਿੱਥੇ ਘਰ ਛੱਡੀ ਉਹਨਾਂ ਕੁੜੀ ਕਿੱਥੇ ਕੀਤੀ ਆ। ਚੰਗਾ, ਹਾਂ ਮੈਂ ਆਈ ਪੁੱਤ, ਹੁਣ ਮੈਂ ਕਿਹਾ ਚੱਲ ਮਿਲ ਕੇ ਜਾਣੀ, ਤੇ ਤੂੰ ਤਾਂ ਹੁਣ ਇੱਥੇ ਗਈ ਆ। ਹਾਂ ਚੱਲ ਕੋਈ ਨੀ, ਹੁਣ ਇੱਦਾਂ ਕਰਿਓ, ਹੁਣ ਰੱਖੜੀ ਆ ਤੇ ਰੱਖੜੀ ਤੇ ਸਾਰਾ ਟੱਬਰ ਆਇਓ, ਚੰਗਾ ਘਰ ਆਇਓ ਫਿਰ, ਆਹੋ ਘਰ ਆਇਓ ਫਿਰ, ਘਰ ਰੱਖੜੀ ਲੈ ਕੇ। ਹਾਂ ਚੱਲ ਠੀਕ ਆ ਨਾ ਪੁੱਤ, ਹਾਂ ਕੋਈ ਨੀ ਫਿਰ ਆਇਓ, ਹਾਂ ਸਾਰੇ ਆਇਓ, ਸਾਰਾ ਪਰਿਵਾਰ ਆਇਓ, ਚੰਗਾ। ਹਾਂ ਆ ਲਓ ਭੈਣ ਜੀ ਫੋਨ ਕਰ ਲਈ ਜੇ ਗੱਲ ਆ, ਲੈ ਲਓ ਨਹੀਂ ਭੈਣ ਜੀ, ਰੋਟੀ ਨੀ ਕਰਿਆ, ਵੀ ਡੀਕਦਾ ਹੋਣਾ ਵਾ, ਮੈਂ ਜਾਂਦੀ ਆ ਹੁਣ। ਨਹੀਂ ਰੋਟੀ ਮੈਂ ਖਾ ਕੇ ਆਈ, ਓਦਾਂ ਸੋਨੂੰ ਆਪੇ ਛੱਡ ਆਉਂਦਾ ਵਾ। ਨਹੀਂ ਕੋਈ ਨੀ, ਰੋਟੀ ਮੈਂ ਖਾ ਕੇ ਆਈ, ਤੇ ਉਹ ਨੀ ਕਰਿਆ, ਫਿਰ ਉਹ ਪਿੱਛੇ ਪੈਂਦਾ ਹੀ ਰੋਂਦਾ ਹੋਣਾ ਈ ਉਹ, ਤੇ ਮੈਂ ਜਾਂਦੀ ਆ, ਤੇ ਕੋਈ ਨੀ ਤੁਸੀਂ ਆਇਓ, ਕੁੜੀ ਆਉਂਦੀ ਆ ਨਾ, ਸੋਨੂੰ ਫਿਰ ਛੱਡ ਆਉਂਦਾ ਵਾ, ਕੁੜੀ ਆਉਂਦੀ ਆ ਨਾ, ਫਿਰ ਤੁਸੀਂ ਆਇਓ, ਆਵਾਂਗੇ ਅਸੀਂ ਵੀ, ਆਵਾਂ। ਉਹ ਵੀ ਵਿਚਾਰ ਝੋਨਾ ਲਾਉਣ ਗਿਆ ਵਾ ਕਿ ਵੇਖਣ ਵਾਖਣ, ਤੇ ਚੱਲ ਉਹਨੇ ਵੀ ਲੇਟ ਹੋਣਾ ਵਾ, ਤੇ ਲੇਟ ਨਾ ਹੋ ਜਾ ਕਿਤੇ, ਮੈਂ ਬੱਸ ਵੀ ਫਿਰ ਨਹੀਂ ਨਾ ਮਿਲਦੀ। ਆਹੋ ਚੱਲ ਵੇਖ ਲਓ ਫਿਰ। ਹਾਂ ਮੈਂ ਜਾਣੀ, ਸੋਨੂੰ ਛੱਡ ਆਉਂਦਾ। ਹਾਂ ਨਹੀਂ ਮੈਂ ਜਾਣੀ ਆ। ਚੰਗਾ ਭੈਣ ਜੀ ਫਿਰ, ਆਹੋ ਚੰਗਾ ਮੈਂ ਚੱਲੀ ਆ ਫਿਰ, ਚੱਲ ਫਿਰ ਆਵਾਂਗੇ ਤੇ ਫੋਨ ਕਰ ਦਾਂਗੇ। ਕੋਈ ਨਹੀਂ ਆਇਓ, ਤੇ ਫਿਰ ਕੁੜੀ ਆਉਂਦੀ ਤੇ ਫਿਰ ਆਇਓ। ਹਾਂ ਕੋਈ ਟੈਨਸ਼ਨ ਨਹੀਂ ਆਉਂਦੀ। ਹਾਂ ਚੰਗਾ।
ਐਤਕਾਂ ਤੇ ਚੰਗੀ ਰਹੀ, ਮੇਰੇ ਨਾਲ ਚੰਗੀ ਬੋਲੀ ਆ। ਪਿਛਲੀ ਵਾਰੀ ਤੇ ਮੈਨੂੰ ਬੜਾ ਟੁੱਟ ਕੇ ਪਈ ਸੀ, ਹੈ ਮੈਂ ਜਦੋਂ ਆਈ ਸੀ ਲੈਣ, ਐਤਕਾਂ ਤੇ ਖੁਸ਼ ਹੋ ਕੇ ਬੋਲੀ ਓਦਾਂ। ਮਹਾ ਹੀ ਗਈ ਅੱਜ, ਹਾਂ ਜਿੱਦਾਂ ਮਰਜ਼ੀ ਆ, ਚੱਲ ਟੈਨਸ਼ਨ ਜੇ ਤੇ ਹੁੰਦੀ ਹੈ ਨਾ। ਹਾਂ ਮੈਂ ਚੱਲ ਆ ਕੇ ਚੱਲ ਆਉਂਦਾ ਸੋਨੂੰ ਚੜ੍ਹਾਉਂਦਾ, ਤੇ ਸੋਨੂੰ ਅਜੇ ਹੈ ਨਹੀਂ ਇੱਥੇ, ਅੱਜ ਉਹ ਚਲੀ ਗਈ ਆ। ਹੁਣ ਮੈਂ ਤਾਂ ਆਰਾਮ ਕਰਾਂ, ਮੈਂ ਤਾਂ ਲੰਮੇ ਪਵਾਂ, ਫੋਨ ਮਨਵਾਉਣੀ ਆ, ਸਬਜ਼ੀ ਭਾਜੀ ਦਾ ਵੇਖ ਲਾ, ਕਰ ਤੇ ਧਰ ਲਾ, ਹੋਰ ਕੀ ਕਰਨਾ ਹੁਣ। ਆਖੇ ਰੋਟੀ ਖਾ ਕੇ ਚੱਲ ਜੀ, ਬੜਾ ਜ਼ੋਰ ਲਾਇਆ, ਮਾਂ ਹੀ ਗਈ ਆ। ਹਾਂ ਠੀਕ ਆ, ਹੁਣ ਜਾਵਾਂਗੇ ਨਾ ਤੇ ਵੇਖਦੇ ਹਾਂ ਭਲਾ ਕੀ ਕਰਦੀ ਹੈ। ਜਾਂਦੀ ਹਾਂ, ਨੂੰਹਾਂ ਦੋਵਾਂ ਨੂੰ ਲੈ ਜਾਂਗੀ ਨਾਲ, ਨਾਲ ਮੁੰਡੇ ਨੂੰ ਲੈ ਜਾਂਗੀ। ਹੋ ਕੇ ਆਉਂਦੇ ਹਾਂ ਇੱਕ ਵਾਰੀ, ਇੱਕ ਵਾਰੀ ਹੋਏ ਫਿਰ 6 ਮਹੀਨੇ ਲੰਘ ਜਾਣੇ ਨੇ। ਚੱਲ ਜੀ ਤਾਂ ਕਰਦਾ ਹੀ ਇਹਨਾਂ ਧੀਆਂ ਦਾ ਜਾਣ ਨੂੰ। ਆਹੋ ਪੂਨਮ, ਨਹੀਂ ਪੂਨਮ ਇੱਧਰ ਆ ਪੁੱਤ, ਗੱਲ ਸੁਣ ਮੇਰੀ। ਸਬਜ਼ੀ ਬਣਾ ਲੈਣੀ ਕੋਈ ਮਾਸੀ, ਤੈਨੂੰ ਆਖੇ ਰੋਟੀ ਖਾ ਕੇ ਚੱਲਦੀ, ਜਾਂਦੀ ਮੈਂ ਨਹੀਂ ਖਾਣੀ ਰੋਟੀ। ਮੈਂ ਤਾਂ ਡਈ ਆ, ਲੱਗੀ ਆ ਰੋਟੀ ਪਾਣੀ ਕਰਨ ਮਾਸੀ ਵਾਸਤੇ, ਦੱਸ ਕੇ ਨਹੀਂ ਗਏ। ਆਖਿਆ ਮੈਂ ਚੱਲ ਸੋਨੂੰ ਚੜ੍ਹਾਉਂਦਾ ਤੈਨੂੰ ਬੱਸੇ, ਜਾਂਦੀ ਨਹੀਂ ਮੈਂ ਚੱਲ ਜਾਂਦੀ ਹਾਂ, ਸੋਨੂੰ ਨੇ ਲੇਟ ਆਉਣਾ ਪੈਲੀਆਂ ਦੇ ਵਿੱਚੋਂ। ਅੱਛਾ ਮੈਨੂੰ ਪੁੱਛਣ ਡੇ ਰਸੋਈ ਦੇ ਵਿੱਚ ਕਿ ਵੀ ਸੱਸ ਤੇਰੀ ਨੇ ਮਾਰਿਆ ਕੁੱਟਿਆ ਤਾਂ ਨਹੀਂ ਹੈ, ਪੁੱਛਣ ਡੇ। ਪੁੱਤ ਬਣਾ ਲੈਣੀ ਕੋਈ ਸਬਜ਼ੀ ਭਾਜੀ। ਲੱਗੀ ਮੰਮੀ ਬਣਾਉਣ, ਮੈਂ ਤਾਂ ਮਾਸੀ ਨਾਲ ਵਾਸਤੇ ਵੀ ਲੱਗੀ ਸੀ ਤਿਆਰੀ ਕਰਨ ਕੇ ਵੀ ਚੱਲ ਸਬਜ਼ੀ ਭਾਜੀ ਬਣਾਉਂਦੀ ਹਾਂ, ਨਾਲ ਰੋਟੀ ਖਾ ਕੇ ਚਲ ਜਾਣਗੇ। ਅੱਛਾ ਚਲ ਗਏ ਆ, ਲੱਗਦਾ ਮਿਲ ਕੇ ਨਹੀਂ ਗਏ। ਨਹੀਂ ਮੈਂ ਤੇ ਆਖੀ ਮੈਂ ਸੋਨੂੰ ਘਰ ਆਉਂਦਾ ਗਾਂ, ਤੇ ਆਂਦੀ ਨਹੀਂ ਮੈਂ ਚਲ ਜਾਂਦੀ ਆ, ਫਿਰ ਲੇਟ ਹੋ ਜਾਣਾ ਵਾ। ਤੇ ਮੈਂ ਡੀਕਣ ਡਈ ਆ, ਸੋਨੂੰ ਆਇਆ ਹੀ ਨਹੀਂ ਅਜੇ ਤੱਕ ਪੈਲੀਆਂ ਦੇ ਵਿੱਚੋਂ। ਤੇ ਬਣਾ ਲਾ ਫਿਰ ਸਬਜ਼ੀ ਭਾਜੀ ਕੋਈ। ਬਣਾ ਲੈਣੀ ਮੰਮੀ ਕੋਈ ਨਹੀਂ। ਹਾਂ ਪੜੋਲ ਹੈਗੇ ਪਏ ਫਰਿੱਜ ਚ, ਉਹ ਧਰ ਲਾ। ਦੀਦੀ ਨਾਲ ਹੋ ਗਈ ਗੱਲ ਉਹਨਾਂ ਦੀ? ਹਾਂ ਦੀਦੀ ਨਾਲ ਹੋ ਗਈ ਗੱਲ, ਆਂਦੀ ਮੈਂ ਆ ਜਾਣਾ ਸ਼ਾਮ ਨੂੰ। ਅੱਛਾ ਅੱਛਾ, ਆਂਦੀ ਮੇਰਾ ਜੀ ਨਹੀਂ ਲੱਗਣ ਡਿਆ ਤੇ ਮੈਂ ਸ਼ਾਮ ਨੂੰ ਆ ਜਾਣਾ। ਠੀਕ ਆ ਤੇ ਆ ਜਾ ਫਿਰ, ਮੈਂ ਨਹੀਂ ਤੇ ਫਿਰ ਮੈਂ 2-3 ਦਿਨ ਚਲ ਜਾਂਗੀ, ਫਿਰ ਤੂੰ ਆ ਜੀ ਨਹੀਂ ਤੇ। ਠੀਕ ਕੋਈ ਨਹੀਂ, ਬਣਾ ਲੈਣੀ ਆ ਨਾਲ ਦੀਦੀ ਬਣਾ ਵਾਸਤੇ, ਫਿਰ ਬਣਾ ਲੈਣੀ ਆ। ਆਹ ਤੇ ਮੈਂ ਆਖਿਆ ਮੈਂ ਚਲ ਆ ਜਾਏਗੀ ਤੇ ਫਿਰ ਮੈਨੂੰ ਨਾਲ ਲੱਗ ਤੇ ਛੱਡ ਆਵਾਂਗੇ, 2-3 ਦਿਨ ਰੱਖੜੀ ਚ ਰਹਿ ਜਾਂਗੇ ਤੇ ਫਿਰ ਆਪੇ ਨਾਲ ਤੇ ਲਿਆਵਾਂਗੇ ਬਾਅਦ ਚ, ਹੁਣ ਛੱਡ ਆਵਾਂਗੇ ਜਾ ਕੇ। ਚੱਲ ਮਾਨ ਵੀ ਹੁੰਦਾ ਹੀ, ਚੱਲ 2-4 ਦਿਨ ਆਵਾਂਗੇ ਨਾ। ਆਹ 2-4 ਦਿਨ ਗੱਲਾਂ ਬਾਤਾਂ ਮਾਰ ਲੈਗੀ ਚੱਲ, ਠੀਕ ਜੇ ਤੇ ਫਿਰ ਲਿਆਵਾਂਗੇ ਜਾ ਕੇ। ਤੁਸੀਂ ਫਿਰ ਕਿੱਦਾਂ ਜਾਣਾ ਦੀਦੀ ਕੋ? ਮੈਂ ਫਿਰ ਵੇਖਨੀ ਆ ਉਹਨੂੰ, ਕੱਲ ਨੂੰ ਛੱਡ ਕੇ ਫਿਰ ਵੇਖਾਂਗੀ, ਪਿਛਲੇ ਟਾਈਮ ਮੈਂ ਚਲ ਜਾਂਗੀ, ਠੀਕ ਫਿਰ ਮੈਂ ਰਹਿ ਕੇ ਆਵਾਂਗੀ 2-3 ਦਿਨ। ਚੰਗਾ ਆਹੋ ਰਹਿ ਆਇਓ, ਕੋਈ ਗੱਲ ਨਹੀਂ। ਹਾਂ ਮੈਂ ਕਰ ਲਾਂਗੀ ਘਰ ਦਾ ਕੰਮ। ਆਹੋ ਕਰ ਲੈ ਕੰਮ, ਤੇ ਸੋਨੂੰ ਵੀ ਜਿਹੜਾ ਨਾ ਬੜਾ ਕੰਮ ਖਰਾਬ ਕਰਦਾ, ਵੇਲੀ ਨਹੀਂ ਉਹ ਚੱਜ ਨਾਲ ਕੰਮ ਕਰਦਾ ਹੁਣ ਨਾ, ਤੇ ਵੇਂਦਾ ਹੀ ਡੰਗਰਾਂ ਵਾਲੇ। ਮੈਂ ਗਈ ਹਾਂ ਤੇ ਜਿਹੜੇ ਦੜੇ ਗੋਹੇ ਦੇ ਲੱਗੇ ਹਨ ਵੇਲੀ ਚ, ਟੋਕਰਾ ਭਰਿਆ ਉਦਾਂ ਹੀ, ਪਤਾ ਨਹੀਂ ਹੁਣ ਸੁੱਟ ਕੇ ਗਿਆ ਕਿ ਉਦਾਂ ਹੀ ਚੱਲ ਗਿਆ ਈ, ਚਾਹ ਪੀ ਕੇ ਫੇਰ ਨਿਕਲ ਗਏ। ਮੰਮੀ ਸੁੱਟ ਲੈਣਗੇ ਆਪੇ, ਮੈਂ ਆਪਣਾ ਮਾੜਾ ਜਿਹਾ ਧਿਆਨ ਰੱਖਿਆ ਕਰ, ਤੂੰ ਵੀ ਬੜਾ ਹੁਣ ਇਹ ਵੀ ਖਰਾਬ ਡੈ। ਕੋਈ ਨਹੀਂ ਮੰਮੀ, ਤੁਸੀਂ ਆਪ ਰੱਖ ਲਿਓ ਧਿਆਨ, ਤੁਹਾਨੂੰ ਪਤਾ ਫੇਰ ਬਾਅਦ ਚ ਮੇਰੇ ਨਾਲ ਲੜਨਗੇ, ਜੇ ਮੈਂ ਜ਼ਿਆਦਾ ਟੋਕਾ ਟਾਕੀ ਕਰਾਂਗੀ ਤੇ ਫੇਰ ਉਹਨੇ। ਨਹੀਂ ਟੋਕਾ ਟਾਕੀ ਨਹੀਂ, ਇਹਦਾ ਧਿਆਨ ਰੱਖਣਾ ਪੈਣਾ, ਕਰਨਾ ਪਤਾ ਨਹੀਂ ਇਹ ਕੀ ਕਰਦਾ ਵਾ। ਉਹ ਮੁੰਡੇ ਦਾ ਫੋਨ ਆ ਗਿਆ ਕਦੇ, ਉਹ ਮੁੰਡੇ ਦਾ ਫੋਨ ਆ ਗਿਆ, ਮੈਨੂੰ ਤਾਂ ਲੱਗਦੇ ਦੇ ਲੱਛਣ ਉਹਦੇ ਹਿਸਾਬ ਦੇ ਨੇ ਕੋਈ, ਹੁਣ ਨਾ ਕਿਤੇ ਪੱਠੇ ਦਾ ਫਿਕਰ, ਨਾ ਕਿਤੇ ਦੱਥੇ ਦਾ ਫਿਕਰ, ਕਿਤੇ ਇੰਨੇ ਇੰਨੇ ਡੰਗਰਾਂ ਦੇ ਢੇਰ ਪੱਠਿਆਂ ਦੇ ਖਿਲਾ ਰਹੇ ਨੇ ਉੱਥੇ। ਕੋਈ ਨਹੀਂ ਮੰਮੀ, ਤੁਸੀਂ ਆਪ ਰੱਖ ਲਿਓ ਧਿਆਨ, ਪੜੋਲ ਤੋੜ ਲੈਣੀ ਆ, ਲੱਗੇ ਹੈਗੇ ਆ 4-5, ਉਹ ਬਣਾ ਲੈਣੇ ਆ, ਜਰਾ ਅੱਧਾ ਸਰ ਜਾਣਾ ਉਹਦੇ ਨਾਲ। ਮੱਲਾਂ ਵੀ ਸੋਕੀ ਚੱਲੀਆਂ ਸੋਹਣੀਆਂ, 2-3 ਦਿਨ ਹੋ ਗਏ ਪਾਣੀ ਹੀ ਨਹੀਂ ਲਾਇਆ। ਹੁਣ ਨਿਗਾਹ ਜਾਈ ਆ, ਤੋੜ ਲੈਂਦੀ ਆ, ਚੱਲ ਡੰਗ ਤੇ ਹੋਏਗਾ ਹੀ।
ਹੋਰ ਲੱਭ ਲੈਨੀ ਇੱਕ ਅੱਧਾ, ਤੋਰੀਦਾਰੀ ਵੀ ਵੇਖ ਹੀ ਲੈਨੀ ਆ, ਲੱਗੀ ਹੋਣੀ ਆ ਕੋਈ ਨਾ ਕੋਈ। ਇਹ ਵੀ ਨਿੱਕੀ ਜਿਹੀ ਲੱਗੀ ਆ ਤੋਰੀ, ਚੱਲ ਵੱਡੀ ਹੋ ਗਈ ਤੇ ਫਿਰ ਤੋੜ ਲੈਨੀ ਆ, ਕੱਲ ਨੂੰ ਤੋਰੀਆਂ ਬਣਾ ਲਾਂਗੇ। ਲੱਭ ਗਿਆ ਪੜੋਲ। ਇਹ ਤੇ ਛੋਟੇ ਛੋਟੇ ਅਜੇ, ਇਹਨਾਂ ਨੂੰ ਰਹਿਣ ਦਿੰਦੇ ਆ। ਘਰ ਦੀ ਸਬਜ਼ੀ ਨਾਲ ਦੀ ਉਹਦਾ ਰੀਸ ਨਹੀਂ ਹੈਗੀ ਕੋਈ ਵੀ, ਬਿਨਾਂ ਖਾਦਾਂ ਤੋਂ ਬਿਨਾਂ ਦਵਾਈਆਂ ਤੋਂ। ਚੱਲ ਅੱਜ ਦਾ ਡੰਗ ਤੇ ਸਰ ਹੀ ਗਿਆ, ਬਣਾਉਂਦੇ ਹਾਂ ਪੜੋਲ। ਮੰਮੀ ਆ ਚਾਰ ਕ ਪੜੋਲ ਇੱਥੇ ਜੇ, ਇਹੋ ਬਣਾ ਲੈਣੇ ਹੁਣ ਭਰ ਕੇ ਧਰ ਲਾ ਨਾ ਬੜੇ ਨੇ। ਹਾਂ ਦੋ ਚਾਰ ਗੰਡੇ ਵੱਧ ਪਾ ਲੈਣੀ ਆ ਨਾ, ਇਹ ਪਾਰਾ ਦੋ ਚਾਰ ਤੇ ਲੰਮੇ ਲੰਮੇ ਆਲੂ ਪਾ ਲੈ ਦੋ ਚਾਰ ਜਾਣੇ ਵੀ ਖਾਂਦੇ ਨਾ ਪੜੋਲ। ਠੀਕ ਆ ਕੋਈ ਨਹੀਂ ਮੈਂ ਬਣਾ ਲੈਣੀ ਆ ਇਹੋ ਹੁਣ, ਇੱਥੇ ਲੱਗੇ ਤੁਹਾਡੇ ਬਹਿ ਕੇ ਚੀਰ ਲੈਣੀ ਆ। ਹੁਣ ਮੈਂ ਚਾਲਾਂ ਚੱਲੀਏ ਗੁਰਦੁਆਰੇ, ਵੀਰਵਾਰ ਹੋ ਗਿਆ ਕਿ ਮੈਂ ਦੋ ਪਿਛਲੇ ਵੀ ਨਹੀਂ ਜਾਇਆ ਗਿਆ ਤੇ ਹੁਣ ਦਮ ਦਮੇ ਹੋਈਏ। ਚੱਲ ਜਾਂਦੇ ਹਾਂ ਮੰਮੀ, ਚੱਲ ਪੁੰਨੂ ਫਿਰ ਚੱਲੀਏ, ਚੱਲਦੇ ਹਾਂ। ਚਲੋ ਚੱਲ ਫਿਰ ਆ ਕੇ ਹੁਣ ਸਬਜ਼ੀ ਨੂੰ ਆਣ ਕੇ ਤੜਕਾ ਲਾ ਲਈ, ਅਸੀਂ ਮੱਥਾ ਟੇਕ ਕੇ ਆ ਜਾਣਾ। ਚਲੋ ਠੀਕ ਹੈ ਜੀ, ਚੱਲ ਫਿਰ ਪੁੰਨੂ ਆਣ ਕੇ ਬਣਾ ਲਈ ਸਬਜ਼ੀ। ਹਾਂਜੀ ਕੋਈ ਨਹੀਂ, ਚਲੋ ਮੈਂ ਪਾ ਲਾਂ ਕੱਪੜੇ ਮਾੜੇ ਜਿਹੇ ਤੇ ਚੱਲ। ਚਲੋ ਚੱਲ ਛੇਤੀ ਕਰ ਫਿਰ ਚੱਲੀਏ ਪਹਿਲਾਂ ਮੈਂ। ਮੈਂ ਤਿਆਰ ਹੀ ਹਾਂ ਮੰਮੀ, ਤੁਸੀਂ ਹੋ ਜਾਓ ਤਿਆਰ ਤੇ ਫਿਰ ਚੱਲਦੇ ਹੋ। ਹਾਂ ਆਹੋ ਮੰਮੀ ਮਾਰ ਦਿੰਦੀ ਕੋਈ ਨੀ, ਚਾਬੀ ਫੜਾ ਜਾਂਦੇ ਆ ਚਾਚੀ ਘਰ, ਕਵਲ ਦੀਦੀ ਕੀ ਪਤਾ ਮਗਰੋਂ ਆ ਨਾ ਜਾਵੇ। ਚਲੋ ਮੰਮੀ ਚੱਲੀ। ਮੰਮੀ ਬਾਹਰ ਇਕੱਲਾ ਕੁੰਡਾ ਲਾ ਦਿੰਦੇ ਆ, ਇਕੱਲਾ ਕੁੰਡਾ ਲਾ ਦਿੰਦੇ ਚਾਚੀ ਜਾਂਦੇ ਜਾਂਦੇ ਬਣਾ ਲਾਂਗੇ ਚਾਬੀ।